ਐਨਕਾ ਤਾਂ ਹੀ ਲਾਈ ਹੋਈ ਆ ਕਿਉਂਕਿ ਥੋੜਾ ਥੋੜਾ ਹਲੇ ਅੱਖਾਂ ਦੇ ਉੱਤੇ ਵੀ ਸੋਚਾ ਵੀਡੀਓ ਦੇ ਵਿੱਚ ਬਣੇ ਰਹੋ ਅੱਜ ਮੈਂ ਤੁਹਾਨੂੰ ਇਦਾਂ ਦੇ ਟਿਪਸ ਪ੍ਰੋ ਟਿਪਸ ਦੇਣੇ ਨੇ ਚਾਹੇ ਮੈਨਾਂ ਚਾਹੇ ਵੂਮੈਨ ਆਪਣੇ ਵਾਲ ਦੇ ਝੜੇ ਵੀ ਨੇ ਤਾਂ ਝੜਨੋਂ ਹਟਣਗੇ ਤੇ ਜਿਹੜੇ ਝੜੇ ਹੋਏ ਨੇ ਉਹਨਾਂ ਦੀ ਰੀ ਗ੍ਰੋਥ ਵੀ ਹੋਊਗੀ ਠੀਕ ਆ ਸੋ ਹੁਣ ਤੁਸੀਂ ਸੋਚਦੇ ਕਿਉਂਕਿ ਬਾਈ ਨੇ ਤਾਂ ਆਪ ਨਾ ਮਾ ਹੇਅਰ ਟ੍ਰਾਂਸਪਲੈਂਟ ਕਰਾਇਆ ਸਾਨੂੰ ਡਾਈਟ ਟਿਪਸ ਦੰਦਾ ਕਿ ਆਹ ਲਓ ਇਹਦੇ ਨਾਲ ਸਕੈਨ ਬੈਟਰੂ ਹੇਅਰ ਬੈਡ ਹੋਣਗੇ ਮੇਰੇ ਹੇਅਰ ਟ੍ਰਾਂਸਪਲੈਂਟ ਕਰਾਉਣ ਦੇ ਪਿੱਛੇ ਤਿੰਨ ਵੱਡੇ ਕਾਰਨ ਨੇ ਪਹਿਲਾ ਕਾਰਨ ਤੁਹਾਨੂੰ ਦਿਖ ਰਿਹਾ ਹੋਊਗਾ ਕਿ ਫੋਰਹੈਡ हेयर ਲਾਈਨਿੰਗ ਕਿ ਜਿਹੜਾ ਤੁਹਾਡੇ ਮੱਥੇ ਦਾ ਡਿਜ਼ਾਈਨ ਕਹੇ ਲੋ ਸਟਾਈਲ ਕਹੇ ਲੋ ਕਿੱਥੋਂ ਸ਼ੁਰੂ ਹੁੰਦਾ ਜਿਵੇਂ ਹੁਣ ਤੁਸੀਂ ਸਾਫ਼ ਦੇਖ ਦੇ ਰਹੇ ਹੋਗੇ ਉਹ ਕਿ ਇਹਦੀ ਜਿਹੜੀ ਫੋਰਹੈਡ ਆ ਛੋਟਾ ਹੋਇਆ ਵਾਲ ਹੇਅਰ ਅੱਗੇ ਆਏ ਨੇ ਅੱਗੋਂ ਸ਼ੁਰੂ ਹੋਇਆ ਸੋ ਇਹ ਕਾਰਨ ਸੀ ਕਿਉਂਕਿ ਨੇਚਰਲੀ ਜਿੰਨੀ ਮਰਜ਼ੀ ਵਧੀਆ ਡਾਈਟ ਤੁਸੀਂ ਖਾ ਲਓ ਤੁਹਾਡੇ ਹੇਅਰ ਜਿੱਥੇ ਉੱਗਣੇ ਨੇ ਉੱਥੇ ਹੀ ਉੱਗਣੇ ਦੂਜਾ ਕਾਰਨ ਸੀਗਾ ਗਲਤੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਨੇ ਤੁਸੀਂ ਨਹੀਂ ਕਰਨੀਆਂ ਜਿਹਦੇ ਕਰਕੇ ਵੀ ਵਾਲ ਹਲਕੇ ਪੈਂਦੇ ਨੇ ਤੀਜਾ ਕਾਰਨ ਜੈਨੇਟਿਕ ਜੀਨ ਚਾਹੇ ਸਾਡੇ ਫਾਦਰ ਨੇ ਚਾਹੇ ਉਹਨਾਂ ਦੇ ਫਾਦਰ ਨੇ ਮਤਲਬ ਗ੍ਰੈਂਡ ਫਾਦਰ ਫਿਰ ਉਹਨਾਂ ਦੇ ਦਾਦੇ ਪੜਦਾਦੇ ਸਾਰਿਆਂ ਦੇ 20 30 ਸਾਲ ਦੇ ਵਿੱਚ ਵਾਲ ਹਲਕੇ ਹੋਏ ਨੇ ਮਤਲਬ ਜੈਨੇਟਿਕ ਪ੍ਰੋਬਲਮ ਆ ਸਾਰਿਆਂ ਦੇ ਵਾਲ ਹਲਕੇ ਹੁੰਦੇ ਨੇ ਚਲੋ ਹੁਣ ਸ਼ੁਰੂ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਕਰਨੀਆਂ ਨੇ ਤੇ ਕਿਹੜੀਆਂ ਚੀਜ਼ਾਂ ਆਪਾਂ ਨਹੀਂ ਕਰਨੀਆਂ ਡਾਈਟ ਲਾਸ ਵੀ ਹੋਣਗੇ ਇਹਦੇ ਵਿੱਚ ਸ਼ੈਂਪੂ ਵਗੈਰਾ एवरीथिंग ਹੋਊਗਾ ਕਿ ਕਿਹੜੀਆਂ ਚੀਜ਼ਾਂ ਆਪਣੇ ਵਾਲਾਂ ਨੂੰ ਜ਼ਿਆਦਾ ਨੁਕਸਾਨ ਕਰਦੀਆਂ ਨੇ ਵਿੱਚ ਹਾਰਮੋਨ ਦੀ ਵੀ ਗੱਲ ਕਰਾਂਗੇ ਸੋ ਪਹਿਲੇ ਨੰਬਰ ਤੇ ਫਲੋਰਾਈਡ ਪਾਣੀ ਦੇ ਵਿੱਚ ਫਲੋਰਾਈਡ ਆਉਂਦੀ ਆ ਜਿਹੜੇ ਤੁਹਾਡੇ ਸਕਿਨ ਤੇ ਵੀ ਫੰਸੀਆਂ ਕਰਦੀ ਆ ਤੁਹਾਡੇ హెਅਰ ਵੀ ਝਾੜਦੀ ਆ ਬਾਹਰਲੀ ਕੰਟਰੀ ਚ ਤੁਸੀਂ ਸੁਣਿਆ ਹੋਊਗਾ ਕਿ ਯਾਰ ਪਾਣੀ ਐਦਾਂ ਦਾ ਪਾਣੀ ਐਦਾਂ ਦਾ ਆਪਾਂ ਕਹਿੰਦੇ ਆ ਫਲੋਰਾਇਡ ਹੁੰਦੀ ਆ ਹੁਣ ਜਦੋਂ ਮੇਰੇ ਉਹਨਾਂ ਨੇ 14 ਦਿਨ ਦੇ ਵਿੱਚ ਧਿਆਨ ਰੱਖਣ ਲਈ ਕਿਹਾ ਉਹ ਕਹਿੰਦੇ ਤੁਸੀਂ ਜਾਂ ਤਾਂ ਬੋਤਲ ਵਾਲਾ ਵਾਟਰ ਵਰਤਣਾ ਜਾਂ ਫਿਰ ਤੁਸੀਂ ਪਾਣੀ ਨੂੰ ਬਾਲਕੇ ਵਰਤੋ ਜਿਹੜਾ ਜਿਹਦੇ ਨਾਲ ਹੈਅਰ ਧੋਣੇ ਨੇ ਜਾਂ ਫਿਰ ਤੁਸੀਂ ਜਿਵੇਂ ਫਿਲਟਰ ਵਾਲਾ ਨਾਰਮਲ ਪਾਣੀ ਕਿਉਂਕਿ ਉਹਨਾਂ ਨੂੰ ਪਤਾ ਕਿ ਨਵੇਂ ਗ੍ਰਾਫਟ ਲੱਗੇ ਨੇ ਉਹ ਡੈਮੇਜ ਹੋਣਗੇ ਪਾਣੀ ਨਾਲ ਠੀਕ ਆ ਸਰਤ ਕਦੇ ਦੂਜਾ ਪਾਣੀ ਨਾ ਪਾਇਓ ਤੁਹਾਡੇ ਵਾਲ ਝਾੜੂਗਾ ਜਾਂ ਫਿਰ ਕਈ ਫੁਵਾਾਰੇ ਵੀ ਇਦਾਂ ਦੇ ਆਉਂਦੇ ਨੇ ਮਤਲਬ ਸ਼ਾਵਰ ਵੀ ਇਦਾਂ ਦੇ ਆਉਂਦੇ ਨੇ ਜਿਹੜੇ ਕੀ ਉਹ ਫਲੋਰਾਈਡ ਨੂੰ ਰਿਡਿਊਸ ਕਰਦੇ ਨੇ ਠੀਕ ਆ ਉਦਾਂ ਦੇ ਤੁਸੀਂ ਬਾਏ ਕਰ ਸਕਦੇ ਹੋ ਨੰਬਰ 2 ਤੇ ਸ਼ੈਂਪੂ ਸ਼ੈਂਪੂ ਦੇ ਵਿੱਚ ਹੁੰਦਾ ਸਲਫੇਟ ਕੋਈ ਵੀ ਤੁਸੀਂ ਆਪਣਾ ਸ਼ੈਂਪੂ ਚੱਕ ਲਓ ਉਹਦੇ ਇਨਗਰੀਡੀਅੰਟ ਪੜਿਓ ਸਲਫੇਟ ਪਾਇਆ ਹੁੰਦਾ ਉਹ ਕੀ ਕਰਦਾ ਤੁਹਾਡੇ హెయిਰ ਦੇ ਵਿੱਚ ਜੋ ਪ੍ਰੋਟੀਨ ਹੁੰਦਾ ਉਹਨੂੰ ਡੈਮੇਜ ਕਰਦਾ హెయిਰ ਬਣਦੇ ਕੀ ਦੇ ਨੇ ਪ੍ਰੋਟੀਨ ਦੇ ਠੀਕ ਆ ਜੋ ਜੇ ਤੁਸੀਂ ਡੇਲੀ ਸ਼ੈਂਪੂ ਕਰਦੇ ਰਹੇ ਨੋ ਜ ਹਫਤੇ ਚ ਦੋ ਤਿੰਨ ਵੀ ਦੋ ਤਿੰਨ ਵਾਰ ਵੀ ਕਰਦੇ ਹੋ ਤਾਂ ਚੈੱਕ ਕਰੋ ਚ ਸਲਫੇਟ ਤਾਂ ਨਹੀਂ ਉਹਨੇ ਥੋੜੇ ਹੇਅਰ ਝਾੜੀ ਜਾਣੇ ਨੇ ਠੀਕ ਆ ਸੋ ਹੁਣ ਮੈਨੂੰ ਇਹਨਾਂ ਨੇ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਇਹਨਾਂ ਨੇ ਜੌਨਸਨ ਬੇਬੀ ਵਰਤਣ ਨੂੰ ਕਿਹਾ 14 ਦਿਨਾਂ ਕਿਉਂਕਿ ਇਹਨਾਂ ਨੂੰ ਪਤਾ ਕਿ ਹੁਣ ਹੇਅਰ ਨਵੇਂ ਆਉਣੇ ਨੇ ਗਰੋਥ ਹੋਣੀ ਆ ਕੈਮੀਕਲ ਵਾਲੀ ਚੀਜ਼ ਨਹੀਂ ਵਰਤਣੀ ਸੋ ਮੈਂ ਕਿਹਾ ਹੁਣ ਤਾਂ ਉਹ ਕਹਿੰਦੇ 14 ਦਿਨ ਤੋਂ ਬਾਅਦ ਜਿਹੜਾ ਕੋਈ ਮਰਜ਼ੀ ਵਰਤੋ ਮੈਂ ਕਿਹਾ ਹੁਣ ਤਾਂ ਇਹ 14 ਦਿਨ ਤੋਂ ਬਾਅਦ ਵੀ ਇਹੀ ਵਰਤਦਾ ਜਾਊਗਾ ਕਿਉਂਕਿ ਆਪਾਂ ਨੂੰ ਪਤਾ ਆਪਾਂ ਹੁਣ ਹੇਅਰ ਲਵਾਏ ਨੇ ਸਭ ਤੋਂ ਵੱਡਾ ਕਾਰਨ ਧਿਆਨ ਨਾਲ ਸੁਣਿਓ ਬਹੁਤ ਜ਼ਿਆਦਾ ਡੀ ਐਚ ਟੀ ਡਾਈ ਹਾਈਡਰੋਟੈਸਟਾਸਟਰੋਨ ਹੁਣ ਡੀ ਐਚ ਟੀ ਕੀ ਹੁੰਦਾ ਟੈਸਟਾਸਟਰੋਨ ਦੀ ਬਹੁਤ ਪਾਵਰਫੁਲ ਫਾਰਮ ਆ ਜਦੋਂ ਤੁਹਾਡੇ ਟੈਸਟਾਸਟਰੋਨ ਡੀ ਐਚ ਟੀ ਚ ਕਨਵਰਟ ਹੁੰਦੇ ਨੇ ਇੱਕ ਐਨਜ਼ਾਈਮ ਦੀ ਮਦਦ ਨਾਲ ਐਨਜ਼ਾਈਮ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਦਣਾ 5 ਅਲਫਾ ਰਿਡਕਟੇਸ ਐਨਜ਼ਾਈਮ ਕਹਿੰਦੇ ਨੇ ਇਹਨੂੰ ਸੋ ਇਹ ਕੀ ਕਰਦਾ ਤੁਹਾਡੇ ਟੈਸਟਾਸਟਰੋਨ ਨੂੰ ਡੀ ਐਚ ਟੀ ਚ ਕਨਵਰਟ ਕਰੀ ਜਾਂਦਾ ਜੋ ਕਿ ਬੰਦਿਆਂ ਦਾ ਆਪਾਂ ਕਹਿੰਦੇ ਹਾਂ ਨੇ ਬੰਦੇ ਦੇ ਵਾਲ ਬਹੁਤ ਝੜਦੇ ਨੇ ਈਵਨ ਊਮਨ ਨੂੰ ਵੀ ਇਹ ਪ੍ਰੋਬਲਮ ਆਉਂਦੀ ਆ ਬੰਦੇ ਦੇ ਵਿੱਚ ਇੱਕ ਕੰਡੀਸ਼ਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਨੇ ਐਂਡਰੋਜਨੈਟਿਕ ਐਲੋਪੀਸ਼ਾ ਮਤਲਬ ਇਹੀ ਬਹੁਤ ਵੱਡਾ ਕਾਰਨ ਆ ਬੰਦੇ ਦੇ ਵਾਲ ਝੜਦੇ ਨੇ ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੇ ਐਨਜ਼ਾਈਮ ਦੀ ਵਜ੍ਹਾ ਨਾਲ ਇਹ ਚੀਜ਼ ਹੁੰਦੀ ਆ ਸੋ ਉਹ ਆਪਾਂ ਐਨਜ਼ਾਈਮ ਨੂੰ ਇਨਹਿਬਿਟ ਕਰਨਾ ਇਨਹਿਬਿਟ ਜਿੱਥੇ ਮੈਂ ਕਹਿੰਦਾ ਉਹਦਾ ਮਤਲਬ ਉਹਨੂੰ ਰੋਕਣਾ ਕਿਉਂਕਿ ਆਪਾਂ ਨੂੰ ਪਤਾ ਸਾਡਾ ਉਹ ਜਿਹੜਾ ਐਨਜ਼ਾਈਮ ਆ ਉਹ ਸਾਡੇ ਟੈਸਟੋਸਟਰੋਨ ਨੂੰ ਬਹੁਤ ਜ਼ਿਆਦਾ ਡੀ ਐਚ ਟੀ ਚ ਕਨਵਰਟ ਕਰ ਰਿਹਾ ਉਹਦੇ ਨਾਲ ਸਾਡੇ ਵਾਲ ਝੜ ਰਹੇ ਨੇ ਹੁਣ ਬਹੁਤ ਸਾਰੇ ਇਦਾਂ ਦੇ ਸੀਰਮ ਆਉਂਦੇ ਨੇ ਬਹੁਤ ਸਾਰੀਆਂ ਡਰਗਾਂ ਆਉਂਦੀਆਂ ਨੇ ਜਿਹੜੇ ਕੀ ਇਹ ਇਨਜ਼ਾਈਮ ਦੀ ਮੈਂ ਗੱਲ ਕਰੀ ਸੀ 5 ਅਲਫਾ ਰਿਡਕਟੇਸ ਉਹਨੂੰ ਇਨਿਬਿਟ ਕਰਦੀਆਂ ਨੇ ਸਭ ਤੋਂ ਵੱਧ ਪਾਇਆ ਹੁੰਦਾ ਇਹ ਹੇਅਰ ਝੜਨ ਵਾਲੇ ਜਿਹੜੇ ਵੀ ਸੀਰਮ ਨੇ ਤੁਸੀਂ ਮੈ ਕੇ ਮੈ ਕੇ ਤੇਲ ਵਰਤਦੇ ਹੋ ਜਾਂ ਫਿਰ ਡਰਗਸ ਲੈਣੇ ਹੋ ਸੋ ਆਪਾਂ ਕੀ ਕਰਨਾ ਉਹਨਾਂ ਦੇ ਸਾਈਡ ਇਫੈਕਟ ਵੀ ਨੇ ਇਵਨ ਮੈਨੂੰ ਵੀ ਮੈਂ ਤੁਹਾਨੂੰ ਪਿਕਚਰ ਸ਼ੋ ਕਰੂੰਗਾ ਇਹਨਾਂ ਨੇ ਮੈਨੂੰ ਵੀ ਇੱਕ ਸੀਰਮ ਦਿੱਤਾ ਹੋਇਆ ਉਹ ਕਹਿੰਦੇ ਤੁਸੀਂ 6 ਮਹੀਨੇ ਯੂਜ਼ ਕਰਨਾ ਠੀਕ ਹੈ ਉਹ ਵੀ ਇਹੀ ਇਨਜ਼ਾਈਮ ਨੂੰ ਇਨਿਬਿਟ ਕਰਦਾ ਹੈ ਕਿਉਂਕਿ ਮੈਂ ਤੁਹਾਨੂੰ ਕਹਿੰਦਾ ਸੀ ਨਾ ਤੁਹਾਡੇ ਟੈਸਟੋਸਟੇਰੋਨ ਡੀ ਐਚ ਡੀ ਚ ਬਣਦੇ ਨੇ ਇਹ ਸਟੀਰੋਡਾਂ ਲੈਂਦਾ ਵੀ ਕੰਮ ਹੁੰਦਾ ਜਦੋਂ ਜ਼ਿਆਦਾ ਟੈਸਟੋਸਟੇਰੋਨ ਲੈਂਦੇ ਨੇ ਫਿਰ ਬਣਦੇ ਕੀ ਨੇ ਮੁੜ ਕੇ ਉਹਨਾਂ ਦੀ ਡੀ ਐਚ ਟੀ ਬਣਦੀ ਆ ਫਿਰ ਮੈਂ ਤੁਹਾਨੂੰ ਦੱਸੇ ਸੀ ਐਂਡਰੋਜਨੈਟਿਕ ਐਲੀਪੀਸ਼ਾ ਹੁੰਦਾ ਤੁਹਾਨੂੰ ਠੀਕ ਆ ਫਿਰ ਤੁਹਾਡੇ ਵਾਲ ਝੜਦੇ ਨੇ ਨੰਬਰ 1 ਕਾਰਨ ਹੋ ਆਪਣਾ ਵਾਲ ਝੜਨ ਦਾ ਪਰ ਜੇ ਆਪਾਂ ਡਰੱਗ ਵਗੈਰਾ ਨਹੀਂ ਲੈਣੀ ਸਾਈਡ ਇਫੈਕਟ ਬਚਣਾ ਜਾਂ ਮਹਿੰਗੇ ਸੀਰਮ ਨਹੀਂ ਲੈਣੇ ਤਾਂ ਫਿਰ ਆਪਾਂ ਬਹੁਤ ਐਦਾਂ ਦੀਆਂ ਚੀਜ਼ਾਂ ਵਰਤ ਸਕਦੇ ਆ ਜਿਹੜੀਆਂ ਇਹ 5 알파 ਰਿਡਕਟੇਸ ਐਨਜ਼ਾਈਮ ਨੂੰ ਇਨਹਿ ਤੁਸੀਂ ਕੁਕਿੰਗ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਨੰਬਰ 2 ਤੇ ਹਲਦੀ ਹਲਦੀ ਐਨਜ਼ਾਈਮ ਨੂੰ ਬਲੌਕ ਕਰਦੀ ਆ ਨੰਬਰ 3 ਤੇ ਜ਼ਿੰਕ ਪੰਪਗਨ ਸੀਡ ਉਹਦੇ ਵਿੱਚ ਜ਼ਿੰਕ ਬਹੁਤ ਹੁੰਦਾ ਜ਼ਿੰਕ ਵੀ ਤੁਹਾਡੇ ਇਹ ਐਨਜ਼ਾਈਮ ਨੂੰ ਇਨਹਿਬਿਟ ਕਰਦਾ ਹੋਰ ਐਨਜ਼ਾਈਮ ਨੂੰ ਘਟਾਉਣ ਲਈ ਤੁਸੀਂ ਆਨਿਅਨ ਖਾ ਸਕਦੇ ਜਾਨਕੀ ਪਿਆਜ਼ ਖਾ ਸਕਦੇ ਹੋ ਗ੍ਰੀਨ ਟੀ ਪੀਂ ਸਕਦੇ ਹੋ ਰੋਜ਼ਮਰੀ ਆਇਲ ਯੂਜ਼ ਕਰ ਸਕਦੇ ਹੋ ਹੈਅਰ ਦੇ ਵਿੱਚ ਉਹਦੇ ਨਾਲ ਵੀ ਐਨਜ਼ਾਈਮ ਘਟਦਾ ਤੋਂ ਸਮਝ ਕੇ ਤੁਸੀਂ ਆਹ ਆਹ ਸਸਤੀਆਂ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੋ ਇਹ ਐਨਜ਼ਾਈਮ ਨੂੰ ਘਟਾਉਣ ਲਈ ਤੇ ਹੋਰ ਕੀ ਕਰ ਸਕਦੇ ਆ ਇਨਕ੍ਰੀਸ ਯੂਰ ਪ੍ਰੋਟੀਨ ਇਨਟੇਕ ਫੇਰ ਕੀਤੇ ਬਣਦੇ ਨੇ ਸਕਿਨ ਕੀਦੀ ਬਣਦੀ ਆ ਨੇਲ ਕੀਦੀ ਬਣਦੀ ਆ ਪ੍ਰੋਟੀਨ ਦੀ ਪ੍ਰੋਟੀਨ ਵਧਾਓ ਤੁਹਾਡਾ ਕਈ ਬੰਦੇ ਫਾਸਟਿੰਗ ਕਰਦੇ ਨੇ ਹੁਣ ਫਾਸਟਿੰਗ 16 ਘੰਟੇ ਦਾ ਫਾਸਟ ਕਰਦੇ ਹੋ ਤੁਸੀਂ 20 ਦਾ ਕਰਦੇ ਹੋ ਤੁਹਾਡਾ ਪ੍ਰੋਟੀਨ ਹੀ ਵੀ ਬਾਡੀ ਬ੍ਰੇਕਡਾਉਨ ਕਰਦੀ ਆ 올ਡ ਪ੍ਰੋਟੀਨ ਬ੍ਰੇਕਡਾਉਨ ਕਰਦੀ ਆ ਫਿਰ ਤੁਸੀਂ ਉੱਥੇ ਕੀ ਕਰਨਾ ਜਦੋਂ ਤੁਸੀਂ ਖਾਣਾ ਤੁਸੀਂ ਆਪਣੀ ਬਾਡੀ ਨੂੰ ਕੰਪਲੀਟ ਗੁੱਡ ਮੀਨੋ ਦੋ ਤਾਂ ਕਿ ਤੁਹਾਡਾ ਪ੍ਰੋਟੀਨ ਬਾਡੀ ਚ ਘਟੇ ਨਾ ਰੀਬਿਲਡਿੰਗ ਸ਼ੁਰੂ ਹੋਵੇ ਹਰ ਇੱਕ ਚੀਜ਼ ਦੀ ਨੈਸਟ ਦੇਣੇ ਨੇ ਟ੍ਰੇਸ ਮਿਨਰਲ ਚਾਹੋ ਵਿਟਾਮਿਨ ਨਾ ਮਿਨਰਲ ਆ ਠੀਕ ਆ ਗੁੱਡ ਤੁਸੀਂ ਜੇ ਸਾਰੇ ਆਪਣੀਆਂ ਮਿਕਸ ਡਾਈਟ ਖਾਏਗੇ ਉਹ ਮੰਨ ਲਓ ਫਰੂਟ ਵੈਜੀਟੇਬਲ 슈ਗਰ ਵਗੈਰਾ ਜਦੋਂ ਡਾਈਟ ਖਾਣੇ ਫਿਰ ਥੋੜੇ ਉਹ ਵਿਟਾਮਿਨ ਮਿਨਰਲ ਡਿਪਲੀਟ ਹੀ ਹੁੰਦੇ ਨੇ 슈ਗਰ ਡਾਈਟ ਨਾਲ ਸੋ ਮਤਲਬ ਹੋਲ ਫੂਡ ਖਾਓ ਤਾਂ ਕਿ ਕਿਸੇ ਚੀਜ਼ ਦੀ ਤੁਹਾਨੂੰ ਘਾਟ ਨਾ ਹੋਵੇ ਸਾਰੇ ਤੁਹਾਨੂੰ ਮਿਨਰਲ ਵਿਟਾਮਿਨ ਮਿਲਦੇ ਰਹਿਣ ਤਾਂ ਕਿ ਥੋੜੇ हेयर ਦੀ ਗਰੋਥ ਹੁੰਦੀ ਰਹੇ ਨੈਕਸਟ ਬੀ ਵਿਟਾਮਿਨ ਸੋ ਬੀ ਵਿਟਾਮਿਨ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਬੀ ਵਿਟਾਮਿਨ हेयर ਗਰੋਥ ਲਈ ਬਹੁਤ ਜ਼ਿਆਦਾ ਬੈਸਟ ਨੇ ਤਾਂ ਮੈਂ ਤੁਹਾਨੂੰ ਕਹਿਣਾ ਹੁਣਾ ਕਿ ਜਿਹੜੀ ਆਪਣੀ ਇੰਸਟਾਗ੍ਰam ਤੇ ਫਾਸਟਿੰਗ ਟੈਕਨਿਕ ਪੇਜ ਉਹਨੂੰ ਫਾਲੋ ਕਰੋ ਕਿਉਂਕਿ ਉਹਦੇ ਤੇ ਮੈਂ ਪੋਸਟਾਂ ਪਾਉਂਦਾ ਰਹਿਣਾ ਕਿ ਕਿਹੜੀ ਚੀਜ਼ ਕਿਹੜੀ ਚੀਜ਼ ਦੀ ਗ੍ਰੋਥ ਲਈ ਵਧੀਆ ਤੇ ਸਾਨੂੰ ਕਿਹੜੇ ਫੂਡਾਂ ਦੇ ਵਿੱਚੋਂ ਉਹ ਜ਼ਿਆਦਾ ਮਿਲਦੀ ਹੈ ਠੀਕ ਆ ਸੋ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਕਾਫੀ ਉਹ ਪੇਜ ਤੋਂ ਹੈਲਪ ਹੋਊਗੀ ਨੈਕਸਟ ਤੁਸੀਂ ਟਿਪਸ ਫਾਲੋ ਕਰਨਾ ਕਸਫਰ ਵੈਜੀਟੇਬਲ ਜ਼ਿਆਦਾ ਖਾਓ ਕਿਉਂਕਿ ਇੱਕ ਕਸਫਰ ਵੈਜੀਟੇਬਲ ਥੋੜੀ ਬਾਡੀ ਦੇ ਵਿੱਚ ਐਸਟ੍ਰੋਜਨ ਰਿਮੂਵ ਕਰਦੀ ਆ ਜੇ ਤੁਹਾਡੀ ਬਾਡੀ ਚ ਟੂ ਮੱਚ ਐਸਟ੍ਰੋਜਨ ਹੈ ਜਾਨੀ ਫੀਮੇਲ ਹ ਤਾਹੀਂ ਕੁੜੀਆਂ ਦੇ ਵਿੱਚ ਜਦੋਂ ਐਸਟ੍ਰੋਜਨ ਵਧਿਆ ਸਾਈਕਲ ਦੇ ਦੌਰਾਨ ਫਿਰ ਉਹਨਾਂ ਦੇ ਹੈਅਰ ਬਹੁਤ ਜ਼ਿਆਦਾ ਝੜਦੇ ਨੇ ਸੋ ਆਪਾਂ ਚਾਹੁੰਦੇ ਹਾਂ ਕਿ ਜਿਹੜੀ ਆਪਣੀ ਐਸਟ੍ਰੋਜਨਾ ਇਹ ਨਾਲ ਦੀ ਨਾਲ ਨਿਕਲੀ ਜਾਵੇ ਬੋਡੀ ਚ ਰੈਗੂਲੇਟ ਹੋਈ ਜਾਵੇ ਤੇ ਨੈਕਸਟ ਤੁਹਾਨੂੰ ਚਾਹੀਦਾ ਆਇਓਡੀਨ ਆਇਓਡੀਨ ਕੀ ਚ ਹੁੰਦਾ ਫੇਸ ਚ ਮਿਲ ਜਾਂਦਾ ਤੁਹਾਨੂੰ ਜਾਂ ਫਿਰ ਸੈਂਪਲ ਤੁਸੀਂ ਪਿੰਕ ਸਾਲਡ ਯੂਜ਼ ਕਰਦੇ ਹੋ ਮੇਕ ਸ਼ੋਰ ਚ ਆਇਓਡੀਨੇਟਡ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਚਿੱਟਾ ਨੂਨ ਵੀ ਕਦੀ ਬਾਰ ਲੈ ਲਓ ਤਾਂ ਕਿ ਤੁਹਾਡਾ ਆਇਓਡੀਨ ਤੁਹਾਨੂੰ ਪ੍ਰੋਪਰ ਮਿਲੀ ਜਾਵੇ ਕਿਉਂਕਿ ਆਇਓਡੀਨ ਤੁਹਾਡੇ ਥਾਇਰੋਇਡ ਹਾਰਮੋਨ ਨੂੰ ਬੂਸਟ ਕਰਦਾ ਜੇ ਤੁਹਾਡਾ thyroid ਹਾਰਮੋਨ ਬੂਸਟ ਆਪਾ ਮਤਲਬ ਸਲੋ ਨਹੀਂ ਹੈਗਾ ਫਿਰ ਵੀ ਤੁਹਾਡੇ हेयर ਗਰੋਥ ਕਦੇ ਰੁਕੂ ਨਹੀਂ ਕਿਉਂਕਿ ਜੇ ਤੁਹਾਡਾ thyroid ਹਾਰਮੋਨ ਸਲੋ ਆ ਫਿਰ ਵੀ ਤੁਹਾਡੇ ਜਿਹੜੇ ਰੀ ਗਰੋਥ ਆ हेयर ਦੀ ਹੁੰਦੀ ਨਹੀਂ ਹੈਗੀ ਸੋ ਉਹਦੀ ਸਪੋਰਟ ਲਈ ਆਇਓਡੀਨ ਜ਼ਰੂਰ ਲੈਣਾ ਚਾਹੀਦਾ ਤਾਂ ਕਿ हेयर ਗਰੋਥ ਬਣੀ ਰਹੇ ਆਇਓਡੀਨ ਆਲਸੋ ਤੁਹਾਡੀ ਐਕਸੈਸ ਐਸਟ੍ਰੋਜਨ ਨੂੰ ਵੀ ਰੈਗੂਲੇਟ ਕਰਦਾ ਮਤਲਬ ਬਾਹਰ ਕੱਢਦਾ ਨੈਕਸਟ ਹੈਗਾ ਕorticsole ਸਟ्रेस ਹਾਰਮੋਨ ਜੇ ਤੁਹਾਡਾ ਕorticsole ਬਹੁਤ ਜ਼ਿਆਦਾ ਹਾਈ ਰਹਿੰਦਾ ਚਾਹੇ ਕਿਸੇ ਵੀ ਤੁਹਾਨੂੰ ਚੀਜ਼ ਦਾ ਸਟ्रेस ਆ ਕਹਿੰਦੇ ਨਹੀਂ ਹੁੰਦੇ ਕਿ ਯਾਰ ਸਟ्रेस ਚ ਵਾਲ ਝੜ ਜਾਂਦੇ ਨੇ ਬੰਦੇ ਨੂੰ ਟੈਂਸ਼ਨ ਚ ਵਾਲ ਝ ਸੋ 스트ਸ ਘਟਾਉਣਾ ਪੈਣਾ ਆਪਾਂ ਨੂੰ। ਸੋ ਕorticosteroid ਕੀ ਕਰਦਾ? ਪ੍ਰੋਟੀਨ ਨੂੰ 슈ਗਰ ਚ ਕਨਵਰਟ ਕਰਦਾ। ਸੋ ਫੇ ਕੀ ਹੋਊਗਾ ਆਪਾਂ ਨੂੰ ਪਤਾ ਹੀ ਅੱਗੇ ਪ੍ਰੋਟੀਨ ਡੈਮੇਜ ਹੋ ਰਿਹਾ ਫਿਰ ਉਹ ਮਸਲ ਵੀ ਬਰੇਡਨ ਹੋਣਗੇ। ਇਵਨ ਤੁਹਾਡੇ హెయిਰ ਦਾ ਪ੍ਰੋਟੀਨ ਵੀ ਬਰੇਡਨ ਹੋਊਗਾ। ਸੋ ਕorticosteroid ਨੂੰ ਲੋਕ ਮੈਂ ਕਰਨਾ ਆਸ਼ਵਰਗੰਧਾ ਲੈ ਸਕਦੇ ਹਾਂ ਬਹੁਤ ਵਧੀਆ ਹਰਬ ਆ ਤੇ ਐਕਸਰਸਾਈਜ਼ ਕਰੋ। ਸੌਣ ਲਈ ਦੇਖੋ ਗੁੱਡ ਸਲੀਪ ਲਓ, ਮੈਡੀਟੇਸ਼ਨ ਕਰੋ, ਇਹ ਚੀਜ਼ਾਂ ਤੁਹਾਡੇ ਸਟ੍ਰੈਸ ਨੂੰ ਘਟਾਉਣ ਗਿਆ ਵਿਟਾਮਿਨ D3 ਬਹੁਤ ਗੁੱਡ ਆ ਜੇ ਧੁੱਪ ਨਹੀਂ ਮਿਲਦੀ ਵਿਟਾਮਿਨ D3 ਐਡ ਕਰ ਸਕਦੇ ਹੋ ਫਿਸ਼ ਆਇਲ ਐਡ ਕਰ ਸਕਦੇ ਹੋ ਉਹ ਵੀਡੀਓ ਆਪਾਂ ਪਾਉਂਦੇ ਰਹਿੰਦੇ ਨੇ ਕਿ ਸਟ੍ਰੈਸ ਕਿਵੇਂ ਘਟਾਉਣਾ ਪਰ ਵਾਲਾਂ ਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਂਦਾ ਤੇ ਨੈਕਸਟ ਹੈਗਾ ਸੇਲੀਨੀਅਮ ਸੇਲੀਨੀਅਮ ਤਾਂ ਸਪਲੀਮੈਂਟ ਲੈ ਸਕਦੇ ਹੋ ਜਾਂ ਇਹਦਾ ਬੈਸਟ ਫੂਡ ਆ ਬਰੇਜ਼ਲ ਨਟ ਸੇਲੀਮ ਕੀ ਕਰਦਾ ਅਗੇਨ ਤੁਹਾਡਾ ਥਾਇਰੋਇਡ ਨੂੰ ਬੂਸਟ ਕਰਦਾ ਤੇ ਥਾਇਰੋਇਡ ਅੱਗੇ ਫੇ ਕੀ ਕਰਦਾ ਤੁਹਾਨੂੰ ਪਤਾ ਟਰੋਡੇ హెਅਰ ਦੀ ਰੀ ਗ੍ਰੋਥ ਕਰਦਾ ਸੋ ਇਹ ਵੀ وجہ ਕੀ ਤੁਹਾਨੂੰ ਸੇਲੀਨੀਅਮ ਆਪ ਰੱਖਣਾ ਚਾਹੀਦਾ ਨੈਕਸਟ ਹੈਗਾ ਸਿਲੀਕਾ ਹਾਰਿਕਲ ਹੇਅਰ ਗਰੋਥ ਸਪਲੀਮੈਂਟ ਜਾਂ ਹੇਅਰ ਗਰੋਥ ਫਾਰਮੂਲੇ ਵਿੱਚ ਸਿਲੀਕਾ ਪਾਈ ਹੁੰਦਾ ਸਿਲੀਕਾ ਤੁਹਾਨੂੰ ਐਡਾ ਕੋਈ ਮਹਿੰਗਾ ਸਿਸਟਮ ਕੋਈ ਐਦਾਂ ਦਾ ਕਰਨ ਦੀ ਲੋੜ ਨਹੀਂ ਸਿਲੀਕਾ ਤੁਹਾਨੂੰ ਮਿਨਰਲ ਵਾਟਰ ਚੋਂ ਮਿਲ ਜਾਂਦਾ ਠੀਕ ਆ ਸੋ ਕੋਈ ਵੀ ਮਿਨਰਲ ਵਾਟਰ ਪੀ ਲੋ ਤੁਹਾਨੂੰ ਉਹਦੇ ਵਿੱਚੋਂ ਗੁੱਡ ਸਿਲੀਕਾ ਆਊਗਾ ਤੇ ਨੈਕਸਟ ਹੈਗਾ ਬਾਇਓਟਿਨ ਬਾਇਓਟਿਨ ਤੁਸੀਂ ਸੁਣਿਆ ਹੋਊਗਾ ਕਿ ਅੰਡੇ ਦੀ ਬੀਚਲੀ ਚੀਜ਼ ਦੇ ਵਿੱਚ ਬਾਇਓਟਿਨ ਬਹੁਤ ਹੁੰਦਾ ਮੇਕ ਸ਼ੋਰ ਤੁਸੀਂ ਉਹਨੂੰ ਕੱਚਾ ਨਹੀਂ ਛੱਡਣਾ ਕਿਉਂਕਿ ਜੇ ਤੁਸੀਂ ਕੱਚਾ ਛੱਡਦੇ ਹੋ ਫਿਰ ਬਾਇਓਟਿਨ ਜਿਹੜਾ ਅੰਡੇ ਚੋਂ ਆਉਂਦਾ ਉਹ ਤੁਹਾਨੂੰ 100% ਅਬ ਸੋ ਤੁਸੀਂ ਕੀ ਕਰਨਾ ਅੰਡੇ ਨੂੰ ਬਹੁਤ ਜ਼ਿਆਦਾ ਕੱਚਾ ਵੀ ਨਹੀਂ ਛੱਡਣਾ ਜ਼ਿਆਦਾ ਓਵਰਕੁੱਕ ਵੀ ਨਹੀਂ ਕਰਨਾ ਵਧੀਆ ਤਰੀਕੇ ਨਾਲ ਚਾਹੇ ਆਮਲੇਟ ਬਣਾਉਣਾ ਚਾਹੇ ਹੋਲ এগ ਖਾਣਾ ਬਿਜਲੀ ਚੀਜ਼ ਤੋਂ ਤੁਹਾਨੂੰ ਬਾਇਓਟਿਨ ਬਹੁਤ ਮਿਲੂਗਾ ਜੋ ਕਿ ਤੁਹਾਡੇ హెਅਰ ਦੀ ਗਰੋਥ ਕਰੂਗਾ ਸੋ ਬਾਇਓਟਿਨ ਤੁਸੀਂ ਸਪਲੀਮੈਂਟ ਵੀ ਬਹੁਤ ਲੈਣੇ ਹੋ ਪਰ ਜ਼ਿਆਦਾ ਬਾਇਓਬਿਲਟੀ ਦੇ ਵਿੱਚ ਬਾਇਓਟਿਨ ਤੁਹਾਨੂੰ ਅੰਡੇ ਦੀ ਬਿਜਲੀ ਚੀਜ਼ੋਂ ਆਊਗਾ ਜੇ ਦੇਸੀ ਆ ਤਾਂ ਬੈਸਟ ਫਾਰਮ ਚ ਆਊਗਾ ਸੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਕੋਈ ਨੇ ਕਹਤਾ ਬਾਇਓਟਿਨ ਤਾਂ ਤੁਹਾਨੂੰ ਬਾਇਓਟਿਨ ਹਰ ਇੱਕ ਸਪਲੀਮੈਂਟ ਚੋਂ ਉਨੇ ਹੀ ਆ ਜਾਊਗਾ ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਦਾ ਹਰ ਇੱਕ ਚੀਜ਼ ਚ ਫਰਕ ਆ ਕੁਆਲਿਟੀ ਦਾ ਫਰਕ ਹੁੰਦਾ ਨੈਕਸਟ ਬਾਇਓਟਿਨ ਦੀ ਹੁਣ ਗੱਲ ਕਰ ਰਹੇ ਹਾਂ ਨਾਲ ਢਿੱਡ ਦੀ ਹੈਲਥ ਗੱਟ ਹੈਲਥ ਜੇ ਤੁਹਾਡੇ ਢਿੱਡ ਦੀ ਹੈਲਥ ਸਹੀ ਨਹੀਂ ਤੁਸੀਂ 슈ਗਰ ਹੱਕਾ ਬੈਡ ਫੂਡ ਖਾ ਖਾ ਜਾਂ ਜ਼ਿਆਦਾ ਖਾ ਖਾ ਬੈਡ ਬੈਕਟੀਰੀਆ ਦੀ ਓਵਰ ਗਰੋਥ ਕਰੀ ਹੋਈ ਆ ਫੇਰ ਵੀ ਤੁਹਾਡੇ హెయిਰ ਝੜਨਗੇ ਉਹਦੇ ਵਿੱਚ ਕੀ ਰੀਜ਼ਨ ਆ ਕਿਉਂਕਿ ਤੁਹਾਡਾ ਗੱਟ ਬਾਇਓਟਿਨ ਖੁਦ ਬਣਾਉਂਦਾ ਤੁਸੀਂ ਬਾਹਰੋਂ ਵੀ ਚਲੂ ਦੰਨੇ ਹੋ ਪਰ ਖੁ ਠੀਕ ਸੋ ਲੋਕੀ ਹੈਰ ਲਈ ਜਿਆਦੇ ਗੋਡਾ ਸੋ ਤੁਸੀਂ ਕੀ ਕਰਨਾ ਟਿੱਡ ਦੀ ਹੈਲਥ ਵਧੀਆ ਰੱਖੋ ਫਾਸਟ ਕਰੋ 16 ਘੰਟੇ ਦਾ ਟਿੱਡ ਰਿਕਵਰ ਹੋਵੇ ਉਹਨੂੰ ਹੀਲ ਹੋਵੇ ਰੈਸਟ ਮਿਲੇ ਉਹਨੂੰ ਤੇ ਪ੍ਰੋਬਾਇਓਟਿਕ ਪ੍ਰੀਬਾਇਓਟਿਕ ਰਿਚ ਫੂਡ ਲੋ ਪ੍ਰੋਬਾਇਓਟਿਕ ਤੇ ਪਹਿਲਾਂ ਆਪਾਂ ਟਿੱਡ ਦੀ ਹੈਲਥ ਤੇ ਕਾਫੀ ਵੀਡੀਓ ਬਣਾਈ ਹੋਈ ਨੇ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੋ ਟਿੱਡ ਦੀ ਹੈਲਥ ਦਾ ਜ਼ਰੂਰ ਧਿਆਨ ਰੱਖਣਾ ਤੇ ਨੈਕਸਟ ਹੈਗਾ ਵਿਟਾਮਿਨ E ਵਿਟਾਮਿਨ E ਬਹੁਤ ਜ਼ਿਆਦਾ ਇੱਕ ਪਾਵਰਫੁਲ ਟੂਲ ਆ ਤੁਹਾਡੇ ਹੈਰ ਦੀ ਗਰੋਥ ਕਰ ਲਈ ਚਾਹੇ ਉਹ ਕਈ ਤੇਲ ਵੀ ਆਉਂਦੇ ਨੇ ਤੁਸੀਂ ਸੁਣੇ ਉਹਨਾਂ ਦੇ ਕਹਿੰਦੇ ਨੇ ਯਾਰ ਵਿਟਾਮਿਨ ਇਹ ਲਾਓ ਵਿਟਾਮਿਨੀ ਤੇ ਸਪਲੀਮੈਂਟ ਜਾਂ ਫਿਰ ਤੁਸੀਂ ਸਨਫਲਾవర్ ਸੀਡ ਆਉਂਦੀ ਆ ਸੂਰਜਮੁਖੀ ਦੀ ਸੀਡ ਠੀਕ ਆ ਉਹ ਤੁਸੀਂ ਮੈਂ ਸ਼ੋਅ ਕਰ ਦੂੰ ਪਿਕਚਰ ਉਹ ਤੁਸੀਂ ਐਡ ਕਰ ਸਕਦੇ ਹੋ ਬਹੁਤ ਜ਼ਿਆਦਾ ਵਿਟਾਮਿਨੀ ਹੁੰਦਾ ਜਾਂ ਗੁੱਡ ਕੁਆਲਿਟੀ ਦਾ ਕੋਈ ਸਪਲੀਮੈਂਟ ਲੈ ਸਕਦੇ ਹੋ ਜਿਹਦੇ ਨਾਲ ਤੁਹਾਡੀ ਬੋਡੀ ਤੋਂ ਤੁਹਾਡੇ ਸਕੈਲਪ ਤੋਂ ਜਿਹੜਾ ਆਕਸੀਡੇਟਿਵ ਸਟ्रेस ਘਟੂਗਾ ਸੋ ਉਹਦੇ ਨਾਲ ਵੀ ਤੁਹਾਡੇ ਜਿਹੜੇ ਐਂਟੀਆਕਸੀਡੈਂਟਸ ਬੋਟ ਹੋਊਗੀ ਹੇਅਰ ਗਰੋਥ ਹੋਊਗੀ ਨੈਕਸਟ ਹੈਗਾ ਕੋਲੋਜਨ ਪ੍ਰੋਟੀਨ ਮੈਂ ਪਹਿਲਾਂ ਵੀ ਕਾਫੀ ਵਾਰ ਇਹਦੇ ਤੇ ਵੀਡੀਓ ਬਣਾਈ ਆ ਸੋ ਬੇਪ੍ਰੋਟੀਨ ਲੈਨੇ ਉਹ ਪ੍ਰੋਟੀਨ ਥੋੜਾ ਕਿੱਥੇ ਜਾਣਾ ਜ਼ਿਆਦਾ ਮਸਲਸ ਜਾਊਗਾ ਜਿਹੜਾ ਕਾਲਾਜਨ ਪ੍ਰੋਟੀਨ ਆ ਉਹ ਇਦਾਂ ਦਾ ਪੈਪਟਾਈਜ਼ ਹੁੰਦੇ ਨੇ ਉਹ ਉਹ ਤੁਹਾਡੀ ਜਿਆਦਾ హెਅਰ ਸਕਿਨ ਨੇਲ ਬਣਾਉਂਦਾ ਠੀਕ ਆ ਉਹ ਇਦਾਂ ਦਾ ਪ੍ਰੋਟੀਨ ਆ ਉਹਨੇ ਇੰਦਰ ਜਿਆਦਾ ਜਾਣਾ ਸੋ ਤੁਸੀਂ ਉਹਦਾ ਸਪਲੀਮੈਂਟ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਬੋਨ ਸੂਪ ਲੈਸ ਉਹਦੇ ਬੋਨ ਚ ਬਹੁਤ ਆਉਂਦਾ ਠੀਕ ਆ ਜਿਵੇਂ ਆਪਾਂ ਕਹਿੰਦੇ ਯਾਰ ਗੋਟ ਦਾ ਸੂਪ ਇਦਾਂ ਦਾ ਸੂਪ ਠੀਕ ਆ ਉਹਦੇ ਵਿੱਚੋਂ ਤੁਹਾਨੂੰ ਇਹ ਕਾਲਾਜਨ ਪ੍ਰੋਟੀਨ ਬਹੁਤ ਆਉਂਦਾ ਤੇ ਨੈਕਸਟ ਹੈਗਾ ਵਿਟਾਮਿਨ ਸੀ ਵਿਟਾਮਿਨ ਸੀ ਤੁਸੀਂ ਨੋਰਮਲ ਸੁਣਿਆ ਹੋਊਗਾ ਸਿਟਰਿਕ ਫੂਡ ਚ ਬਹੁਤ ਆਉਂਦਾ ਔਰੈਂਜ ਚ ਬਹੁਤ ਆਉਂਦਾ ਨਿੰਬੂ ਚ ਬਹੁਤ ਆਉਂਦਾ ਔਰਲੇ ਚ ਬਹੁਤ ਆਉਂਦਾ ਸਪਲੀਮੈਂਟ ਲੈ ਸਕਦੇ ਹੋ ਬਹੁਤ ਵਧੀਆ ਜੇ ਤੁਸੀਂ ਆਪਣੇ ਬੋਨ ਦੀ ਜਾਂ ਤੁਸੀਂ ਹੇਅਰ ਦੀ ਸਕਿਨ ਦੀ سپورਟ ਚਾਹੁੰਦੇ ਹੋ ਕਿਉਂਕਿ ਵਿਟਾਮਿਨ ਸੀ ਵੀ ਇਹਨਾਂ ਦੀ ਗਰੋਥ ਦੇ ਵਿੱਚ ਕੰਮ ਕਰਦਾ ਅੱਛਾ ਹੁਣ ਨੈਕਸਟ ਹੈਗਾ ਬਹੁਤ ਹੀ ਜ਼ਿਆਦਾ ਪਾਵਰਫੁਲ ਚੀਜ਼ ਆ ਇਹ ਨੋਰਮਲ ਇਹ ਕਾਫੀ ਫੂਡਾਂ ਦੇ ਵਿੱਚ ਵਰਤਿਆ ਵੀ ਜਾਂਦਾ ਜੈਲੇਟਿਨ ਜੈਲੇਟਿਨ ਤੁਸੀਂ 5 ਜਾਂ 10 ਗ੍ਰਾਮ ਤੱਕ ਲੈ ਸਕਦੇ ਹੋ ਪਾਊਡਰ ਫਾਰਮ ਦੇ ਵਿੱਚ ਇਹ ਵੀ ਬਰਦੂ ਹੀ ਦੇਖੋਗਾ ਕਿ ਸਟੋਰਾਂ ਦੇ ਵਿੱਚ ਜੈਲੋ ਵਗੈਰਾ ਆਉਂਦੀਆਂ ਨੇ ਉਹਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਜੰਮੇ ਮੈਂ ਕਿਹਾ ਇਹ ਫੂਡ ਦੇ ਵਿੱਚ ਯੂਜ਼ ਹੁੰਦਾ ਪਰ ਇਹ ਕੀ ਹੈ ਇਹ 99% ਇਦਾਂ ਦਾ ਪ੍ਰੋਟੀਨ ਆ ਕਿ ਜਿਹੜਾ ਤੁਹਾਡੇ హెਅਰ ਦੀ ਗਰੋਥ ਕਰਦਾ ਠੀਕ ਆ ਮਤਲਬ ਇਦਾਂ ਦਾ ਪ੍ਰੋਟੀਨ ਆਉਂਦਾ ਜਿਹੜਾ ਜਾਂਦਾ ਹੀ ਸਿੱਧਾ హెਅਰ ਦੇ ਵਿੱਚ ਆ ਠੀਕ ਆ ਸੋ ਤਾਂ ਕਰਕੇ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੇ ਤੁਸੀਂ 5 ਦਾ 10 ਗ੍ਰਾਮ ਯੂਜ਼ ਕਰਨਾ ਚਾਹੁੰਦੇ ਹਾਂ ਤੇ ਦੂਜਾ ਇਹਦਾ ਬੇਨਿਫਿਟ ਇਹ ਆ ਇਹ ਤੁਹਾਡਾ ਬਲੱਡ ਫਲੋ ਵਧਾਉਂਦਾ ਸਕੈਲਪ ਦੇ ਵਿੱਚ ਕਿਉਂਕਿ ਜੇ ਹੁਣ ਤੁਹਾਡਾ ਮੰਨ ਲਓ ਪੂਰ ਬਲੱਡ ਫਲੋ ਆ ਤੁਹਾਡੇ ਸਕੈਲਪ ਦੇ ਉੱਤੇ ਬਲੱਡ ਨਹੀਂ ਜਾਂਦਾ ਤੁਹਾਡੇ హెయిਰ ਨੂੰ ਨਿਊਟ੍ਰੀਸ਼ਨ ਨਹੀਂ ਮਿਲਦੀ ਫਿਰ ਵੀ ਤੁਹਾਡੀ ਜਿਹੜੀ హెయిਰ ਦੀ ਗ੍ਰੋਥ ਨਹੀਂ ਹੋਣੀ ਤੇ ਜੈਲਟਿਨ ਨਾਲ ਤੁਸੀਂ ਸਿਸਟਿਨ ਅਮੀਨੋ ਯੂਜ਼ ਕਰ ਸਕਦੇ ਹੋ ਸਿਸਟਿਨ ਮੀਨੋ ਕੀ ਹੁੰਦਾ ਤੁਹਾਨੂੰ ਬੇਪੁੜੀ ਜੋ ਮਿਲਿਆ ਜਾਂਦਾ ਮੈਂ ਜਿਹੜੀ ਗਰਾਸਫੀਡ ਪ੍ਰੋਟੀਨ ਵਾਲੀ ਆਪਣੀ ਵੀਡੀਓ ਬਣਾਈ ਸੋਚੂ ਮੈਂ ਦੱਸਿਆ ਸੀ ਕਿ ਆਪਨੇ ਵਾਲੇ ਪ੍ਰੋਟੀਨ ਦੇ ਵਿੱਚ ਸਿਸਟੇਨ ਮੀਨੋ ਬਹੁਤ ਆ ਉਹਦੀ ਬਾਇਓਬਿਲਟੀ ਬਹੁਤ ਆ ਸੋ ਹਰ ਇੱਕ ਪ੍ਰੋਟੀਨ ਕੰਪਲੀਟ ਪ੍ਰੋਟੀਨ ਦੇ ਵਿੱਚ ਚਾਹੇ ਬੇ ਪ੍ਰੋਟੀਨ ਹੋਵੇ ਉਹ ਚੋਂ ਤੁਹਾਨੂੰ ਸਿਸਟੇਨ ਮਿਲੇ ਜਾਂਦਾ ਜਾਂ ਤੁਸੀਂ ਆਡੇ ਵੀ ਮੀਨੋ ਲੈ ਸਕਦੇ ਹੋ ਇਹ ਜੈਲੇਟਨ ਦੇ ਨਾਲ ਇਹਦੀ ਜ਼ਿਆਦਾ ਪਰਫਾਰਮੈਂਸ ਵਧਾਉਣ ਲਈ ਤੇ ਨੈਕਸਟ ਤੁਸੀਂ ਧਿਆਨ ਰੱਖਣਾ ਕਿ ਜਦੋਂ ਤੁਸੀਂ ਆਪਣੇ హెయిਰ ਵਾਸ਼ ਕਰਦੇ ਹੋ ਜਾਂ ਫਿਰ ਤੁਸੀਂ ਡਰਾਇਰ ਮਾਰਦੇ ਹੋ ਜ਼ਿਆਦਾ ਹੀਟ ਨਹੀਂ ਦੇਣੀ ਇਹਨਾਂ ਨੂੰ ਉਹਦੇ ਨਾਲ ਵੀ ਤੁਹਾਡੇ ਜਿਹੜੇ హెయిਰ ਨੇ ਉਹ ਡੈਂਗਸ ਹੁੰਦੇ ਨੇ ਠੀਕ ਆ ਸੋ ਠੰਡੇ ਪਾਣੀ ਨਾਲ ਨਾ ਣਾਉਣਾ ਜੇ ਤੁਸੀਂ ਸੁਕਾਉਣਾ ਚਾਹੁੰਦੇ ਹੋ ਤਾਂ ਥੋੜੀ ਬਾਹਲੀ ਜ਼ਿਆਦਾ ਤੱਤੀ ਹਵਾ ਨਾਲ ਇਹਦੇ ਨਾਲ ਮਾਰੋ ਠੀਕ ਆ ਜਾਂ ਫਿਰ ਤੁਸੀਂ ਪੱਖੇ ਮੂਰੇ ਏਸੀ ਮੂਰੇ ਟਾਬਲ ਨਾਲ ਠੀਕ ਆ ਜਾਂ ਫਿਰ ਠੰਡੀ ਥੋੜੀ ਜੀ ਟੱਟ ਹੀਟਰ ਆਕੇ ਡਰਾਇਰ ਮਾਰ ਕੇ ਨੂੰ ਸੁਕਾ ਸਕਦੇ ਹੋ ਤੇ ਨੈਕਸਟ ਹੈਗਾ ਮਾਲਿਸ਼ ਮਾਲਸ਼ ਕਰੋ ਤੁਸੀਂ ਹੁਣ ਇਹਦੇ ਵਿੱਚ ਵੀ ਮਤੂੰ ਦਿਖਾਉਣਾ ਉਹਨਾਂ ਨੇ ਮੈਨੂੰ ਅਗੇਨ ਤੇਲ ਦਿੱਤਾ ਉਹ ਕਹਿੰਦੇ ਤੁਸੀਂ 15 ਦਿਨ ਜਿਹੜੇ ਡਾਉਨਰ ਏਰੀਆ ਹੁੰਦਾ ਮਤਲਬ ਜਿੱਥੇ ਵਾਲ ਕੱਢਦੇ ਨੇ ਉਹ ਕਹਿੰਦੇ ਤੁਸੀਂ ਜੌਨਸਨ ਬੇਬੀ ਯੂਸ ਕਰਨਾ ਸੋ ਉਸ ਤੋਂ ਬਾਅਦ ਜਿਵੇਂ ਉਹ ਕਹਿੰਦੇ ਨਾਰਮਲ ਕਰਿਓ ਮੈਂ ਕਿਹਾ ਹੁਣ ਤਾਂ ਜੋਂਸਨ ਬੇਬੀ ਹੋਊਗਾ ਕਿਉਂਕਿ ਆਪਾਂ ਹੁਣ ਕੈਮੀਕਲ ਵਾਲੇ ਕਈ ਵਾਰ ਤੇਲ ਵਰਤਦੇ ਆ ਜਾਂ ਫਿਰ ਕੈਮੀਕਲ ਵਾਲੇ ਸ਼ੈਂਪੂ ਵਰਤਦੇ ਆ ਉਹਦੇ ਸਾਈਡ ਇਫੈਕਟ ਨੇ ਹੁਣ ਜੇ ਇਹਨਾਂ ਦੇ ਫਾਇਦੇ ਨਹੀਂ ਹੋਣਗੇ ਬੱਚਿਆਂ ਵਾਲੇ ਤੇਲ ਨੇ ਤਾਂ ਇਹਨਾਂ ਦੇ ਨੁਕਸਾਨ ਵੀ ਨਹੀਂ ਹੋਣਗੇ ਅੱਗੇ ਲੋਕ ਸਰੋਂ ਦਾ ਤੇਲ ਵਰਤਦੇ ਸੀ ਦਹੀਂ ਦੂਹੀਂ ਨਾਲ ਹਣਾਉਂਦੇ ਸੀ ਵਧੀਆ ਸੀਗੇ ਹੁਣ ਆਪਾਂ ਨੂੰ ਆਪਾਂ ਕਹਿੰਦੇ ਸਮੈਲ ਆਉਂਦੀ ਆ ਜੇ ਪਿਓਰ ਆ ਕੋਈ ਚੱਕਣੀ ਯਾਰ ਸਰੋਂ ਦੇ ਤੇਲ ਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ ਹੈਗੇ ਮਾਲਸ਼ ਕਰਾਓ ਮਾਸ ਕਰਾਉਣ ਦੇ ਦੋ ਬੈਨੀਫਿਟ ਨੇ ਇੱਕ ਤਾਂ ਤੁਸੀਂ ਆਪਣੇ ਸਕੈਲਪ ਦੀ ਮਾਸ ਕਰਦੇ ਰਹਿੰਦੇ ਹੋ ਬੋਡੀ ਨੂੰ ਇੱਕ ਸਿਗਨਲ ਮਿਲਦਾ ਰਹਿੰਦਾ ਕਿ ਆ ਜਿਹੜਾ ਪਾਰਟ ਆ ਉਹ ਚੱਲਦਾ ਕਿਉਂਕਿ ਬੋਡੀ ਇਦਾਂ ਦੀ ਡਿਜ਼ਾਈਨ ਆ ਜਿਹੜੀ ਆਪਾਂ ਚੀਜ਼ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ ਉਹਦੀ ਗਰੋਥ ਘਟ ਜਾਂਦੀ ਆ ਤਾਂ ਹੀ ਤਾਂ ਆਪਾਂ ਜਿੰਮ ਦੇ ਵਿੱਚ ਬਿਹੜ ਜ਼ਿਆਦਾ ਮਾਰਦੇ ਆ ਬਾਈਸੈਪ ਲਾਉਨੇ ਆ ਸ਼ੋਲਡਰ ਲਾਉਨੇ ਆ ਉਹਨਾਂ ਦੀ ਗਰੋਥ ਹੁੰਦੀ ਆ ਜੇ ਆਪਾਂ ਕਦੇ ਮੰਨ ਲਓ ਬਾਲਾਂ ਨੂੰ ਕਈ ਵਾਰ ਇਹਨਾਂ ਨੂੰ ਸਿਗਨਲ ਹੀ ਦੰਦੇ ਸੋ ਜੇ ਮਾਸ ਕਰਾਂਗੇ ਉਹ ਤਾਂ ਉੱਥੇ ਬਲੱਡ ਫਲੋ ਵੀ ਆਊਗਾ ਤੁਸੀਂ ਫੀਲ ਵੀ ਕਰੋਗੇ ਉਹ ਤਾਂ ਕਰਕੇ ਉੱਥੇ ਨਿਊਟ੍ਰੀਸ਼ਨ ਜਾਂਦੀ ਰਹੂਗੀ ਇਕ ਤਾਂ ਇਹ ਫੈਦਾ ਮਾਲਸ ਦਾ ਦੂਜੀ ਤੁਹਾਡੇ ਜਿਹੜੇ హెਅਰ ਨੇ ਉਹ ਮੋਇਸਚਰਾਈਜ਼ ਰਹਿੰਦੇ ਨੇ ਠੀਕ ਹੈ ਡਰਾਈ ਨਹੀਂ ਹੁੰਦੇ ਹੈਗੇ ਸੋ ਇਹ ਬੈਨੀਫਿਟਰ ਨੇ ਤੁਸੀਂ ਮਾਲਸ ਗੁੜ ਤੇਲ ਦੀ ਜਿਆਦਾ ਕੈਮੀਕਲ ਵਾਲੇ ਸੀਰਮ ਹੋਗੇ ਜਾਂ ਫਿਰ ਬਹੁਤ ਜ਼ਿਆਦਾ ਤੁਸੀਂ ਕਈ ਵਾਰ ਲੈਨੇ ਹੋ ਬਾਹਰੋਂ ਪ੍ਰੋਡਕਟ ਲਾਈ ਜੈਨੇ ਕਿਉਂਕਿ ਡਾਈਟ ਤਾਂ ਅੰਦਰੋਂ ਹੋਣੀ ਆ ਠੀਕ ਹੈ ਮੇਨ ਕੰਮ ਅੰਦਰ ਕਰਨਾ ਉੱਪਰ ਤੁਸੀਂ ਬਸ ਨੇਚਰਲ ਚੀਜ਼ਾਂ ਵਰਤੋ ਇਹਨਾਂ ਦੇ ਠੀਕ ਹੈ ਜਿਵੇਂ ਮੈਂ ਕਿਹਾ ਦਹੀਂ ਨਾਲ ਨਹਾਉਂਦੇ ਸੀ ਲੋਕ ਜਾਂ ਫਿਰ ਸਰੋਂ ਦਾ ਤੇਲ ਵਰਤਦੇ ਸੀ ਜਾਂ ਜੌਨਸਨ ਬੇਬੀ ਨਾਲ ਮਾਲਸ਼ ਕਰ ਲਓ ਵਧੀਆ ਚੀਜ਼ਾਂ ਨੇ ਇਹ ਸੋ ਇਹੀ ਕਾਰਨ ਸੀਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿਉਂਕਿ ਇਹ ਵੀ ਗਲਤੀਆਂ ਮੈਂ ਕਰੀਆਂ ਨੇ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਮੇਰਾ ਬਿੱਗ ਕਾਰਨ ਆ ਆਪਣੇ हेयर ਟ੍ਰਾਂਸਪਲੈਂਟ ਕਰਾਉਣ ਦਾ ਤੇ ਉਹ ਜਿਹੜੀ ਮੈਂ ਚਾਹੁੰਦਾ ਸੀ ਕਿ ਮੇਰੇ ਜਿਹੜੀ ਫੋਰਹੈਡ ਦੀ ਜਿਹੜੀ ਮੱਥੇ ਦੀ ਸ਼ੇਪ ਬੈਟਰ ਬਣੇ ਤੇ ਪਰ ਹੁਣ ਜੇ ਲਵਾਏ ਨੇ ਪਰ ਇਹਨਾਂ ਦੀ ਹੁਣ ਕੇਅਰ ਕਰਨੀ ਆਪਣਾ ਫਰਜ਼ ਆ ਕਿਉਂਕਿ ਕਈ ਬੰਦੇ ਕਹਿੰਦੇ ਨੇ ਕਿ ਭਾਈ ਲੱਖ ਦੇ ਲੱਗੇ ਨੇ 1.5 ਲੱਖ ਦੇ ਲੱਗੇ ਨੇ ਇਵਨ 2-2 ਲੱਖ ਤੇ ਵੀ ਲੋਕ ਹੈ हेयर ਟ੍ਰਾਂਸਪਲੈਂਟ ਕਰਾਉਂਦੇ ਨੇ ਫਿਰ ਉਹਨਾਂ ਦਾ ਫਾਇਦਾ ਤਾਂ ਹੋਊਗਾ ਜੇ ਤੁਸੀਂ ਉਹਨਾਂ ਦੀ ਕੇਅਰ ਕਰੋਗੇ ਪਰ ਜਿਨ੍ਹਾਂ ਦੇ ਕੀ ਸਾਡੇ ਹੁਣ ਨਾਲ ਤਾਂ ਇੱਕ ਅੱਧਾ ਨਾਲ ਤਾਂ 14-15 ਸਾਲ ਬੰਦਾ ਔਖਾ ਹੁੰਦਾ ਠੀਕ ਆ ਪੇਨ ਵਗੈਰਾ ਵੀ ਹੁੰਦੀ ਆ ਬੰਦੇ ਨੂੰ ਕੇਰ ਵੀ ਕਰਨੀ ਪੈਂਦੀ ਆ ਨਾਲੇ ਬੰਦੇ ਦੇ ਪੈਸੇ ਲੱਗਦੇ ਨੇ ਠੀਕ ਆ ਸੋ ਜੇ ਤੁਸੀਂ ਪਹਿਲਾਂ ਇਹਨਾਂ ਦੀ ਕੇਰ ਰੱਖੇਂਗੇ ਤਾਂ ਤੁਸੀਂ ਤੁਹਾਨੂੰ ਆਹ ਸਟੇਜ ਤੇ ਨਹੀਂ ਆਉਣਾ ਪਊਗਾ ਠੀਕ ਆ ਤੁਹਾਡੇ ਵਾਲਾਂ ਦੀ ਮਜ਼ਬੂਤੀ ਬਣੀ ਰਹੂਗੀ ਜਿਹੜੀ ਮੈਂ ਤੁਹਾਨੂੰ ਡਿਟੇਲ ਚ ਇਨਫੋਰਮੇਸ਼ਨ ਦਿੱਤੀ ਆ ਇਹ ਤੁਸੀਂ ਨੋਟ ਕਰ ਲਓ ਯੂਜ਼ ਕਰਿਓ ਕਦੇ ਵੀ ਤੁਹਾਨੂੰ ਹੇਅਰ ਲੌਸ ਨਹੀਂ ਜਾਂ ਕਈ ਬੰਦੇ ਨੂੰ ਸਕਿਨ ਦੀ ਛੇਤੀ ਛੇਤੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਕੈਮੀਕਲ ਇਹ ਆਪਾਂ ਨੂੰ ਖਰਾਬ ਕਰਦੇ ਨੇ ਠੀਕ ਆ ਸੋ ਇਹੀ ਸੀ ਅੱ ਵੀਡੀਓ ਤੁਹਾਡੇ ਲਈ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਨ ਚ ਥਿਸ ਇਜ਼ ਹੈਰੀ ਮੇਅਰ ਵਾਈਰੂ ਮੇਅਰ ਕਰੇ ਲਵ ਯੂ ਆ